ਸਾਰਿਆਂ ਨੂੰ ਜੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਈ ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਹਾਂਜੀ ਅਸੀਂ ਸਾਰੇ ਜਣੇ ਠੀਕ ਠਾਕ। ਹਾਂਜੀ, ਤੇ ਮੈਂ ਇਹੀ ਆਨਸਰ ਸੁਣਨ ਲਈ ਇਹ ਕਹਿੰਦੀ ਹੁੰਦੀ ਹੈਗੀ। ਤੇ ਜੀ ਮੈਨੂੰ ਇੱਕ ਕਮੈਂਟ ਬਹੁਤ ਬਹੁਤ ਜ਼ਿਆਦਾ ਤੇ ਬਹੁਤ ਜ਼ਿਆਦਾ ਟਾਈਮ ਤੋਂ ਆ ਰਹੇ ਆ, ਮੈਂ ਕਦੇ ਕਿਸੇ ਨੂੰ ਕੋਈ ਰਿਪਲਾਈ ਨਹੀਂ ਕੀਤਾ। ਉਹ ਹੈਗਾ ਕੁਐਸਚਨ ਕਿ ਤੁਸੀਂ ਆਪਦਾ ਇੰਨਾ ਭਾਰ ਕਿਵੇਂ ਘਟਾ ਰਹੇ ਹੋ। ਉਹ ਕੁਐਸਚਨ ਵੀ ਤਾਂ ਦੱਸ ਦੇ, ਹੋਰ ਤੋਂ ਬਹੁਤ ਪੁੱਛਦੇ ਆ ਕੀ ਜੀ ਤੁਹਾਡਾ ਘਰ ਵਾਲਾ ਇੰਨਾ ਸੋਹਣਾ ਕਿਵੇਂ ਆ। ਉਹਦਾ ਆਨਸਰ ਤੁਸੀਂ ਇਹਨਾਂ ਨੂੰ ਪੁੱਛ ਲਿਓ। ਸਾਡੇ ਜਿਹੇ ਸਾਡੇ ਇੱਥੇ ਬਹੁਤ। ਤੇ ਇਹਦਾ ਇਹ ਜੀ ਆਉਂਦਾ ਕੁਐਸਚਨ ਮੈਨੂੰ ਇੱਕ ਸਾਲ ਹੋ ਗਿਆ, ਕਿਉਂਕਿ ਪਿਛਲੇ ਸਾਲ ਇਹ ਅਪ੍ਰੈਲ ਦੇ ਵਿੱਚ ਇੰਡੀਆ ਗਏ ਸੀਗੇ, ਹਨਾ। ਉਦੋਂ ਤੋਂ ਮੇਰਾ ਥੋੜ੍ਹਾ ਜਿਹਾ ਭਾਰ ਮੈਨੂੰ ਜ਼ਿਆਦਾ ਘਟਣਾ ਸਟਾਰਟ ਹੋਇਆ ਸੀ। ਭਾਰ ਕਿਉਂ ਘਟਿਆ ਮੈਨੂੰ ਕੋਈ ਕਿਉਂ ਨੀ ਪੁੱਛ ਰਿਹਾ, ਮੇਰਾ ਭਾਰ ਵਧਿਆ ਹੋਇਆ ਵਾ। ਮੇਰਾ ਭਾਰ 90 ਪਲੱਸ ਹੀ ਚੱਲ ਰਿਹਾ ਵਾ, ਹੁਣ 95 ਕ੍ਰੋਸ ਕਰ ਲਿਆ ਪਰ ਮੈਂ ਹੁਣ ਘਟਾ ਲੈਣਾ ਇੰਡੀਆ ਜਾ ਕੇ, ਮੈਂ ਸਾਰਾ ਭਾਰ ਘਟਾ ਲੈਣਾ। ਮੈਨੂੰ ਤਾਂ ਮੈਂ ਆਪਣੀ ਲਾਈਫ ਦੇ ਵਿੱਚ ਇੰਨਾ ਘੱਟ ਭਾਰ ਤੇ ਇੰਨੀ ਪਤਲੀ ਕਦੇ ਨਹੀਂ ਰਹੀ ਹੈ ਕਿ ਮੈਂ ਛੋਟੇ ਹੁੰਦੇ ਸੀਗਾ, ਮੈਂ ਨਾਰਮਲ weight ਸੀ। ਮੈਂ ਛੋਟੇ ਹੁੰਦੇ ਪਤਲੀ ਨਹੀਂ ਹੁੰਦੇ ਸੀ, ਭਾਰ ਘੱਟ ਹੁੰਦੇ ਸੀਗਾ। ਜਿੱਦਾਂ ਮੈਂ ਫੋਟੋ ਦੇਖਿਆ ਛੋਟੇ ਹੁੰਦੇ, ਵਾਹਿਗੁਰੂ ਵਾਹਿਗੁਰੂ, ਫੋਟੋ ਬੜੀ ਇੰਨੀ ਭਾਰੀ ਸੀਗੀ ਹੱਥ ਛੋਟੇ। ਨਹੀਂ ਜੀ ਇਹ ਜੀ ਕੋਈ ਗੱਲ ਨਹੀਂ ਹੈਗੀ। ਸੋ ਮੈਂ ਦੱਸਦਾ ਪਿਛਲੇ ਸਾਲ ਜਦੋਂ ਇੰਡੀਆ ਗਏ ਸੀ ਤਾਂ ਜੀ ਮੇਨ ਰੀਜ਼ਨ ਇਹ ਆ, ਮੈਨੂੰ ਇੰਸਟਾ 'ਤੇ ਵੀ ਤੁਸੀਂ ਪਰਸਨਲ ਇੰਨੇ ਮੈਸੇਜ ਆਉਂਦੇ ਨੇ, ਮੈਂ 3-4 ਨੂੰ ਤਾਂ ਰਿਪਲਾਈ ਵੀ ਕੀਤਾ ਜੀ, ਮੈਨੇ ਕੁਛ ਨਹੀਂ ਕੀਤਾ। ਅਤੇ ਮੈਂ ਤੁਹਾਨੂੰ ਮੇਨ ਰੀਜ਼ਨ ਦੱਸਦਾ, ਪਿਛਲੇ ਸਾਲ ਜਦੋਂ ਇਹ ਗਏ ਸੀ ਫਿਊ ਮੰਥਸ ਲਈ, ਹੈ ਨਾ ਇੰਡੀਆ, ਤਾਂ ਉਦੋਂ ਮੈਂ ਅੰਗਦ ਨੂੰ ਇਕੱਲੀ ਸੰਭਾਲਦੀ ਸੀ, ਸੋ ਬੇਬੀ ਕਰਕੇ ਹੋ ਜਾਂਦਾ ਜੀ, ਹੈ ਨਾ। ਹਰੇਕ ਟਾਈਮ ਉਹਦੇ ਪਿੱਛੇ ਭੱਜੀ ਜਾਣਾ, ਕਦੇ ਉਹਨੂੰ ਵਾਕ 'ਤੇ ਲੈ ਕੇ ਜਾਣਾ, ਫਿਰ ਘਰ ਦਾ ਕੰਮ ਕਰਨਾ, ਹੈ ਨਾ। ਨੀਂਦ ਡਿਸਟਰਬ ਹੋ ਜਾਂਦੀ, ਨੀਂਦ ਵੀ ਤੁਹਾਡੀ ਪੂਰੀ ਨਹੀਂ ਹੁੰਦੀ ਹੈਗੀ, ਅਤੇ ਫਿਰ ਇਕੱਲੇ ਨੇ ਸਾਰਾ ਕਰਨਾ, ਅਤੇ ਫਿਰ ਜਦੋਂ ਤੁਸੀਂ ਇਕੱਲਾ ਰਹਿ ਜਾਂਦੇ ਹੋ ਤੁਹਾਡੇ ਕੋਲ ਕੋਈ ਗੱਲ ਕਰਨ ਨੂੰ ਵੀ ਨਹੀਂ ਹੁੰਦਾ, ਉਹ ਚੀਜ਼ ਦਾ ਵੀ ਮੈਨੂੰ ਲੱਗਦਾ ਇਫੈਕਟ ਪੈਂਦਾ। ਕਿਤੇ ਬੰਦਾ ਫੈਮਿਲੀ 'ਚ ਰਹਿੰਦਾ, ਖੁਸ਼ ਰਹਿੰਦਾ, ਗੱਲਾਂ ਕਰਦਾ, ਉਹ ਵਾਧਾ ਬੋਲਦਾ, ਰਾਈਟ। ਕਿਤੇ ਨਾ ਕਿਤੇ ਜੇ ਲੌਂਗ ਟਰਮ 'ਚ ਬੰਦਾ ਇਕੱਲਾ ਰਹੇ, ਉਹਦਾ ਕੋਈ ਬਣਾ ਕੇ ਇਕੱਲੇ ਨੂੰ ਖਾਣ ਨੂੰ ਜੀ ਵੀ ਨਹੀਂ ਕਰਦਾ, ਜੇ 2-3 ਜਾਣੇ ਹੋਣ ਫਿਰ ਬੰਦਾ ਬਣਾ ਵੀ। ਹਾਂਜੀ ਹਾਂਜੀ, ਇਹ ਵੀ ਗੱਲ ਹੈਗੀ ਹੈ। ਅਤੇ ਪਤਾ ਕੀ, ਜਦੋਂ ਅੰਗਦ ਰੁੜਦਾ ਸੀਗਾ ਤਾਂ ਕਈ ਕਦੇ ਵੀ ਕੋਈ ਚੀਜ਼ ਚੱਕ ਕੇ ਮੂੰਹ 'ਚ ਪਾ ਲੈਂਦਾ ਸੀ, ਕੋਈ ਡਰੋਲ ਖੋਲ ਦਿੰਦੇ, ਕਦੇ ਕੁਛ, ਉਹਨੂੰ ਵੀ ਸੰਭਾਲਣਾ ਹੋਣਾ, ਉਹਦੀ ਨੀਂਦ ਬਹੁਤ ਘੱਟ ਆ ਗਈ ਅੰਗਦ ਦੀ, ਸਾਡੇ ਤੋਂ ਵੀ ਜੇ ਉਹਨੇ ਘੱਟ ਸੌਣਾ ਹੋਵੇ ਘੱਟ ਸੌਂਗਾ। ਅਤੇ ਤਾਂ ਕਰਕੇ, ਹੈ ਨਾ, ਰੋਟੀ ਤੁਸੀਂ ਟਾਈਮ 'ਤੇ ਨਹੀਂ ਖਾਣੀ ਤਾਂ ਉਹਦੇ ਉਹ ਕਰਨ ਨਾਲ ਦਾ ਥੋੜ੍ਹਾ ਜਿਹਾ ਹੈਗਾ ਵੀ ਮੇਰਾ ਭਾਰ ਘੱਟ ਗਿਆ। ਉਦੋਂ ਬੇਸਿਕਲੀ ਇਹ ਕਹਿਣਾ ਚਾਹੁੰਦੀ ਹੈ ਵੀ ਅਸੀਂ ਕੋਈ ਚੂਰਨ ਨਹੀਂ ਲਿਆ ਹੈਗਾ, ਕੋਈ ਡਾਇਟ ਪਲਾਨ 'ਤੇ ਨਹੀਂ ਗਏ ਹੈਗੇ, ਕੋਈ ਦਵਾਈ ਨਹੀਂ ਲਈ ਹੈਗੀ ਭਾਰ ਘਟਾਉਣ ਵਾਲੀ, ਕੋਈ ਸਪਲੀਮੈਂਟਸ ਨਹੀਂ ਲਏ ਹੈਗੇ, ਕੋਈ ਜਿੰਮ ਨਹੀਂ ਲਾਈ ਹੈਗੀ ਜੀ, ਮੈਂ ਕੁਛ ਨਹੀਂ ਕੀਤਾ ਹੈਗਾ। ਜੇ ਤੁਸੀਂ ਬੇਬੀ ਨੂੰ ਇਕੱਲੇ ਸੰਭਾਲਣਾ, ਜਿਨ੍ਹਾਂ ਦੇ ਦਾਦਾ ਦਾਦੀ ਇੱਥੇ ਕੈਨੇਡਾ ਵਿੱਚ ਹੈਗੇ ਨੇ, ਹੈ ਨਾ, ਉਹਨਾਂ ਦੀ ਹੈਲਪ ਕਰਨ ਲਈ ਜਾਂ ਉਹਨਾਂ ਦੇ ਫਾਦਰ ਮਦਰ ਆ ਜਾਂਦੇ ਨੇਗੇ, ਹੈ ਨਾ, ਤਾਂ ਉਹ ਜ਼ਿਆਦਾ ਸੰਭਾਲਦੇ ਨੇ, ਹੈ ਨਾ, ਉਹ ਕੰਮਾਂ 'ਤੇ ਜਾਂਦੇ ਆ ਜਾਂ ਜਿਵੇਂ ਵੀ, ਅਤੇ ਉਹਨਾਂ ਨੂੰ ਫਿਰ ਵੀ ਹੈਲਪ ਮਿਲ ਜਾਂਦੀ। ਜੇ ਤੁਸੀਂ ਜਮਾਂ ਇਕੱਲੇ ਸੰਭਾਲ ਕੇ ਦੇਖਿਓ ਬੇਬੀ ਨੂੰ ਤੁਸੀਂ ਆਪਦੇ ਆਪ ਤੁਹਾਡਾ ਭਾਰ ਘੱਟ ਜੂਗਾ। ਸੋ ਬਿਨਾਂ ਕੁਛ ਕੀਤੇ ਹੀ ਭਾਰ ਘੱਟ ਜੂਗਾ, ਪਰ ਆਈ ਥਿੰਕ ਇਹ ਵੀ ਇੱਕ ਗੱਲ ਉਰੇ ਕਹਿਣੇ ਵਾਲੀ ਆ, ਐਂ ਨਹੀਂ ਹੈਗਾ ਵੀ ਹਰੇਕ ਦੇ ਘੱਟ ਜਾਂਦਾ, ਕਿਉਂਕਿ ਕੁਛ ਬੋਡੀਜ਼ ਨੇ, ਜਦੋਂ ਇੱਕ ਵਾਰੀ ਲੇਡੀਜ਼ ਕਹਿ ਲਓ, ਕੁਛ ਲੇਡੀਜ਼ ਨੇ ਜਦੋਂ ਇੱਕ ਵਾਰੀ ਪ੍ਰੈਗਨੈਂਟ ਹੋ ਜਾਏ, ਉਹਨਾਂ ਦੇ ਬੇਬੀ ਹੋ ਜਾਏ, ਉਦੋਂ ਬਾਅਦ ਫੁੱਲ ਜਾਂਦੀਆਂ ਨੇ, ਉਹਨਾਂ ਦੇ ਆਪਦੇ ਕੰਟਰੋਲ 'ਚ ਨਹੀਂ। ਮੇਰਾ ਜਮਾਂ ਉਲਟਾ ਹੋਇਆ, ਅਤੇ ਮੇਰਾ ਜਦਕਿ, ਵੈਸੇ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਜਦੋਂ ਅੰਗਦ ਨੇ ਹੋਣਾ ਸੀ, ਮੇਰਾ ਭਾਰ ਪਤਾ ਕਿੰਨਾ ਸੀ? 90 kg ਦੀ ਸੀਗੀ ਮੈਂ। ਹੁਣ ਕਿੰਨੇ ਦੇ ਰਹਿ ਗਏ? ਹੁਣ ਮੈਂ 62। ਤੇ ਉਦੋਂ ਮੈਂ 62 kg ਦਾ ਸੀਗਾ, ਹੁਣ ਮੈਂ 62 ਦੇ ਕਿਵੇਂ ਹੋ ਜਾਓਗੇ? ਤੁਸੀਂ ਹਾਈਟ ਦੇਖੋ, ਤੁਸੀਂ ਦੇਖੋ ਅੱਜ ਮੇਰੀ ਬਰਾਬਰ ਆ ਨਾ ਹਾਈਟ। ਤੁਸੀਂ ਇੱਕ ਵਾਰ ਹੋਰ ਵੀ ਪੁੱਛੋਗੇ ਹੁਣ ਅੱਜ ਵਾਲੀ ਵੀਡੀਓ ਦੇ, ਜੀ ਤੁਸੀਂ ਹਾਈਟ ਇੰਨੀ ਲੰਬੀ ਕਿਵੇਂ ਹੋ ਗਈ? ਇਹਨਾਂ ਦੇ ਬਰਾਬਰ ਪੰਜ ਦਸ ਪੰਜ ਗਿਆਰਾਂ ਹੋ ਚੁੱਕੀ, ਉੱਪਰ ਚੜ੍ਹ ਕੇ ਫਿਰ ਸਿਮੈਟ੍ਰੀਕਲ ਜਿਹਾ ਲੱਗਦਾ ਸਾਰਾ ਫਰੇਮ। ਕਈ ਮੀਡੀਆ 'ਚ ਮੈਂ ਐਵੇਂ ਖੜਾ ਹੁੰਦਾ, ਹੁਣ ਉੱਚੀ ਹੋ ਗਈ ਤੂੰ ਮੈਂ ਤਾਂ। ਆਪਕੀ ਮੰਮੀ ਨੇ ਆਪਕੋ ਆਪਾਂ ਸ਼ੁਰੂ ਕਰਾਂਗੇ ਜਦੋਂ ਆਪਾਂ ਉਹਦੀ
अपने लिए कद बधाने लिए दवाई दी ऐड नहीं करनी आप कहेंगे डे वन एवं खड़ी भी इन्नी हाइट है जी डे टू बराबर होगी डे थ्री डे फोर डे फाइव कुछ अंदर थोड़ा जा है एनर्जी जी आ जाती है मिठा खा लेंदा कई बार थोड़ा बहुत मिठा खा लिया कुछ भी नींद घट होने करके कोई इन्ना स्केड्यूल सैट नहीं है उन्हें अपनी मर्जी ना ही सौना करके फिर पिछे भजदे भजदे फिर मेरा अपने आप भार घट गया जी। बाकी जी जो मेन जो भार घटा सकते हो सिर्फ एक्सरसाइज ना गुड डाइट ना ही घटा सकते हो गे जमा सौखा बैठो खाओ पियो मिठा खाई जाओ जमा सौखा एक तरीका मिस कर गया किश्ती डुब गई आप एक आईलैंड तो चली गए जितने कुछ भी खाने नहीं है उधरले पास एक मोटा बंदा एक पतला बंदा वा पर जी मोटे बंदे ते फैट आ उन्हें एनर्जी दूंगी उन्हें हाँ ये तो है जे जेड़ा हाँ बेकार एग्जांपल है नहीं नहीं मैं दस दिया कि जेड़ा अपने अंदर फूड होंदा जेड़ा पापा कहने अपन फास्टिंग करनी चाहिए 16 आवर्स या जे साडी कोई गल ओदे विच भी जेड़ी एनर्जी अपन नु अपनी बॉडी लेंदी है जेड़ी वो फैट आ वो जमी हुई फैट तो लेंदी आ ਜਿੰਨੀ ਕਿ ਮੇਰੀ ਰਿਸਰਚ ਹੈ ਜੀ ਮੈਂ ਕੀਤੀ ਹੈਗੀ ਬਸ ਐਕਚੁਅਲ ਹੁਣ ਅਸੀਂ ਸਵੀਟ ਪੋਟੇਟੋ ਬ੍ਰਸਲਸ ਸਪਰਾਊਟਸ ਐਂਡ ਬ੍ਰੋਕਲੀ ਇਹ ਤਿੰਨ ਚੀਜ਼ਾਂ ਬਹੁਤ ਖਾਂਦੇ ਆ ਅੰਗਦ ਵੀ ਸਾਡੇ ਨਾਲ ਉਹ ਲਾਈਕ ਵੀ ਕਰਦਾ ਹੈਗਾ ਤਾਂ ਬਸ ਜੀ ਇੰਨੀ ਕਿ ਵੀਡੀਓ ਸੀ ਹੁਣ ਅਸੀਂ ਇੰਨੀ ਲੰਬੀ ਕਰੀ ਜਾ ਰਹੇ ਹਾਂਗੇ ਚਲੋ ਬਸ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਤੇ ਆਈ ਹੋਪ ਤੁਹਾਡੇ ਬਹੁਤ ਹੈਲਪਫੁਲ ਇਹਦੇ ਵਿੱਚ ਅਸੀਂ ਗੱਲਾਂ ਐਂਡ ਤੇ ਦੱਸੀਆਂ ਨੇ ਵੀ ਹੈਲਦੀ ਡਾਈਟ ਤੇ ਐਕਸਰਸਾਈਜ਼ ਕੋਈ ਹੈਲਪਫੁਲ ਗੱਲ ਨਹੀਂ ਹੈਗੀ ਇਹਦੇ ਵਿੱਚ ਹੈਲਦੀ ਡਾਈਟ ਐਂਡ ਐਕਸਰਸਾਈਜ਼ ਜੀ ਉਹ ਤਾਂ ਉਹਨਾਂ ਨੂੰ ਵੀ ਪਤਾ ਹੈਗਾ ਭਾਰ ਘਟਾਉਣਾ ਚਾਹੁੰਦੇ ਮੈਨੂੰ ਪਤਾ ਉਹਨਾਂ ਨੂੰ ਵੀ ਪਤਾ ਸਾਡੇ ਕੋਲ ਤੁਹਾਡੇ ਵਾਸਤੇ ਕੋਈ ਮੈਟਰ ਨਹੀਂ ਹੈਗਾ ਜੇ ਭਾਰ ਐਵੇਂ ਘਟਦੇ ਹੋਣ ਫਿਰ ਤਾਂ ਗੱਲਾਂ ਹੀ ਗਾਦੀ ਹਾਂਜੀ ਹਾਂਜੀ ਹਨਾ ਜਿਹਨੇ ਕੋਈ ਇਹ ਜੀ ਡਿਸ਼ ਬਣਾ ਲਈ ਜਿਹਦੇ ਵਿੱਚ ਜ਼ੀਰੋ ਕੈਲਰੀਜ਼ ਨੇ ਤੇ ਉਹ ਬਹੁਤ ਜ਼ਿਆਦਾ ਸਵਾਦ ਆ ਉਹ ਬੜਾ ਜ਼ਿਆਦਾ ਹੈਗਾ ਜੀ ਕੋਕਾ ਕੋਲਾ ਡਾਈਟ ਪੈਪਸੀ ਡਾਈਟ ਕੋਕਾ ਉਹ ਗੱਲ ਨਹੀਂ ਨਾ ਬਣਦੀ ਜਦੋਂ ਰਸ ਮਲਾਈ ਜਾਂਦੀ ਹੈ मेरा भारत क्योंकि मेरी जिम बंद हो गई खेडना बंद हो गया अंगद आ गया करके मोस्टली टाइम आप घर ही रहने बार स्लो रही है सो चीजा करके वेट थोड़ा जा गेन हो गया पर मैं भी हम वेट घटा लेना थोड़ा जा मैं अंडर 90 कर लेना नहीं वधिया गल है जी वेट तो थोड़ा जिन्ना घटा वधिया ही है बस मतलब तुसीं जदों हल्का जब मैनू कदे मतलब कि कदे हो ही नहीं ना ते जदों हुण हो गई मैनू इन्ना ज्यादा गुड फील होंदा मैं दस नहीं सकदी लाइक जेड़ा मर्जी कपड़ा पाणा ना दसण लगी ना कहिंदी मैं दस नहीं वी ओ मैनू दस सकदी वी कि अंदर मन च किन्नी खुशी है वी जेड़ा मर्जी कपड़ा पाओ फिट आ जांदा है जेड़ा मर्जी तुसीं पसंद दी जे मैं पहला मैनू हुंदा सी वी यार आ तां मेरे साइज़ च है ही नहीं मैं ओ सेक्शन की नहीं जाना पहले मैं बहुत ही नमोश हो जाता था मैं बिल्कुल खुश नहीं रहता था जहाँ पर भी जाता था लोग मुझे मोटा मोटा कह के बुलाते थे नहीं नहीं फिर एक दिन मुझे मिला ये यंत्र इसके जो किरणें है ये अपनी बैठ कर सीधा टारगेट करते ऐसी अड्डा ही आती नहीं थी पूरा एक एपिसोड ही चला देते थे ना यार मोस्टली जेनेटिक्स ने है उस बाद थोड़ी डाइट आ पूरी हैदराबादी बिरयानी कदे कुछ बिरयानी बोनलेस चिकन बिरयानी बड़ी
ਉਹ ਖਾਣੀ ਆ ਨਾ ਪੂਰਾ ਦੱਬ ਕੇ ਆ ਕੇ ਮੈਂ ਵਰਕਆਊਟ ਕਰ ਲੈਣਾ, ਮੇਰਾ ਵੇਟ ਜਮਾ ਹੀ ਨਹੀਂ ਵੱਧਦਾ ਸੀ, ਐਨ ਫਿੱਟ ਹੋਇਆ ਪਿਆ ਸੀ ਉੱਥੇ, ਮੈਂ ਮਸਲ ਮੁਸਲ ਸੀਗੇ, ਪਰ ਉਹਨਾਂ ਦੇ ਵਿਚਾਰੇ ਇੰਨਾ ਘੱਟ ਖਾਂਦੇ ਸੀ, ਉਹ ਤਾਂ ਵੀ ਮੋਟੇ ਸੀ, ਆਈ ਥਿੰਕ ਕਿਤੇ ਨਾ ਕਿਤੇ ਜੈਨੇਟਿਕਸ ਦੇ ਵੀ ਡਿਪੈਂਡ ਕਰਦਾ। ਮੈਂ ਕਿ ਡਾਇਟ ਵਧੀਆ ਰੱਖੋ ਮਿੱਤਰੋ, ਆਪਣੇ ਵੱਲੋਂ ਜਿੰਨਾ ਆਪਾਂ ਕਰ ਸਕਦੇ ਆਪਾਂ ਓਨਾ ਹੀ ਕਰਾਂਗੇ ਰਾਈਟ। ਬਾਕੀ ਆਇਆ ਵੀ ਫਨ ਕਰਨਾ ਵੀ ਬਹੁਤ ਜ਼ਰੂਰੀ ਆ, ਇਹ ਦੋ ਕੁਛ ਚੀਜ਼ਾਂ ਨੇ ਜਿਹੜੀਆਂ ਆਪਾਂ ਨੂੰ ਖੁਸ਼ੀ ਦਿੰਦੀਆਂ ਨੇ। ਜਿਵੇਂ ਵਧੀਆ ਖਾਣਾ ਹੈ ਨਾ, ਮਿੱਠਾ, ਮੈਨੂੰ ਮਿੱਠਾ ਬਹੁਤ ਜ਼ਿਆਦਾ ਹੀ ਪਸੰਦ ਆ, ਲੂਣ ਵਾਲਾ ਵੀ ਸਾਰਾ ਕੁਛ ਪਸੰਦ ਆ, ਸੋ ਇਹ ਵੀ ਚੀਜ਼ਾਂ ਬਹੁਤ ਇੰਪੋਰਟੈਂਟ ਨੇ। ਤੁਸੀਂ ਉਹਦਾ ਡਾਇਟਿੰਗ ਕਰੀ ਜਾਂਦੇ ਹੋ, ਕੱਲ੍ਹ ਨੂੰ ਕੋਈ ਹਾਦਸਾ ਹੋ ਜਾਵੇ, ਕੁਛ ਵਾਪਰ ਜੇ, ਉੱਪਰ ਜਾ ਕੇ ਪਛਤਾਈ ਜਾਂਗੇ ਵੀ ਮਿੱਠਾ ਨਹੀਂ ਖਾਂਦਾ ਆ। ਮਿੱਠਾ ਖਾਣਾ ਵਿਆਹ 'ਤੇ ਦੱਬ ਕੇ ਖਾਓ, ਸਾਰੀ ਚੀਜ਼ਾਂ ਕਰਨੀਆਂ ਬਹੁਤ ਜ਼ਰੂਰੀ ਆ। 1 ਵੀਕ ਆ, 1 ਵੀਕ ਦੇ ਵਿੱਚ ਜਮਾ ਨਾ ਖਾਓ, 1 ਚੀਟ ਡੇ ਰੱਖ ਲਓ ਵੀ ਹਰੇਕ ਸੰਡੇ ਮੈਂ ਕੁਛ ਵੀ ਖਾਓ, ਡੇਲੀ ਖਾਓ, ਕੁਛ ਨਹੀਂ ਹੁੰਦਾ ਹੈਗਾ, ਚੱਕ ਦੋ ਫੱਟੇ ਮਿੱਤਰੋ। ਇਹਨਾਂ ਦੇ ਆਪ ਦੇ ਇੰਨੀਆਂ ਮੰਮੀ ਹੋਰੀ ਕਹਿੰਦੇ ਨੇ ਵੀ ਤੁਸੀਂ ਨਾ ਖਾਇਆ ਕਰੋ, ਡਾਕਟਰ ਵੀ ਕਹਿੰਦੇ ਨੇ ਵੀ ਤੁਸੀਂ ਤਲਿਆ ਹੋਇਆ ਫਾਸਟ ਫੂਡ ਘੱਟ ਕਰੋ, ਤੇ ਅਸੀਂ ਜਾਣਨਾ ਚਾਹੁੰਦੇ ਆ ਵੀ ਇੰਨਾ ਤਲਿਆ ਹੋਇਆ ਫੂਡ ਖਾ ਕੇ, ਇੰਨਾ ਮਿੱਠਾ ਖਾ ਕੇ। ਹਾਂ, ਮੇਰੇ ਰਿਸ਼ਤੇਦਾਰ ਵੀ ਕਹਿੰਦੇ ਨੇ ਮੈਨੂੰ, ਕਹਿੰਦੇ ਹਾਏ ਮਨਿੰਦਰ ਕਿਵੇਂ ਫਿੱਟ ਰਹਿੰਦਾ, ਕਿਵੇਂ ਦੀ ਸਕਿਨ ਗਲੋ ਕਰਦੀ ਹੈ, ਜਾਣਨਾ ਚਾਹੁੰਦੇ ਆ। ਨੈਚੁਰਲ ਹੁੰਦਾ, ਆਪਣੀ ਤਾਰੀਫ ਆਪ ਕਰਨੀ ਸਿੱਖੋ, ਕਿਉਂਕਿ ਕਿਸ ਕਿਸ ਤੋਂ ਖੁਸ਼ੀ ਹੈ ਲੱਭਾਂਗੇ, ਆਪ ਹੀ ਖੁਸ਼ ਹੋਣਾ ਸਿੱਖੋ, ਆਪਦੀ ਕੰਪਨੀ ਇੰਜੋਏ ਕਰ ਲਓ, ਤੁਹਾਨੂੰ ਨਹੀਂ ਕੋਈ ਹੈਗਾ ਮਿਲਦਾ। ਆਈ ਥਿੰਕ ਬਹੁਤ ਹੋ ਗਿਆ ਆਪਾਂ ਹੁਣ। ਓਕੇ ਓਕੇ ਜੀ, ਹਾਂ ਬਾਏ ਬਾਏ, ਸਤਿ ਸ਼੍ਰੀ ਅਕਾਲ ਜੀ। ਕਿੰਨਿਆਂ ਨੇ ਖਾਂਦੇ ਹੋਏ ਵੀਡੀਓ ਦੇਖੀ, ਉਹ ਵੀ ਕਮੈਂਟ ਕਰ ਦਿਓ, ਤੇ ਕੀ ਖਾ ਰਹੇ, ਆਲੂ ਦੇ ਪਰੌਂਠੇ ਖਾ ਰਹੇ ਜਿਹੜੇ ਤੁਸੀਂ, ਆਲੂ ਦੇ ਪਰੌਂਠੇ।